ਸਮੇਂ ਲਈ ਕੀਤਾ ਗਿਆ ਅਣਮਿੱਥੇ ਸਮੇਂ ਲਈ ਨਹੀਂ ਜਦੋਂ ਤਾਂ ਜਿੰਨੀ ਦੇਰ ਤੱਕ ਸਾਡੇ ਨਾਲ ਡੀਸੀ ਮੈਡਮ ਮੀਟਿੰਗ ਫਿਕਸ ਨਹੀਂ ਕਰਦੇ ਸਾਡੇ ਮਸਲੇ ਦੇ ਹੱਲ ਨਹੀਂ ਹੁੰਦੇ ਉਨੀ ਦੇਰ ਤੱਕ ਅਸੀਂ ਜਿਹੜਾ ਰੋਡ ਜਾਮ ਕਰਕੇ ਰੱਖਾਂਗੇ ਜਿਹੜਾ ਕਿ ਲਗਭਗ ਤੁਸੀਂ 2 ਵਜੇ ਤੱਕ ਦਾ ਜਿਹੜਾ ਅੰਦਰ ਬੈਠੇ ਰਹੇ ਹੋ ਡੀਸੀ ਦਫ਼ਤਰ ਦੇ ਅੰਦਰ ਅਸੀਂ ਜੀ ਉਹਨਾਂ ਨੂੰ ਦਿੱਤਾ ਸੀਗਾ ਟਾਈਮ 2 ਵਜੇ ਤੱਕ ਅਸੀਂ ਇੰਤਜ਼ਾਰ ਕਰਾਂਗੇ 2 ਵਜੇ ਤੋਂ ਬਾਅਦ ਅਸੀਂ ਰੋਡ ਤੇ ਉਤਰਾਂਗੇ ਪਰ 2 ਵਜੇ ਵੀ ਉਹਨਾਂ ਜਿਹੜਾ ਸਾਡਾ ਕੋਈ ਜਵਾਬ ਨਹੀਂ ਦਿੱਤਾ ਪਰ ਇਸ ਤੋਂ ਬਾਅਦ ਸਾਨੂੰ ਜਿਹੜਾ ਰੋਡ ਜਾਮ ਕਰਨ ਲਈ ਮਜਬੂਰ ਹੋਣਾ ਪਿਆ ਡੀਸੀ ਮੈਡਮ ਦੀ ਗੈਰ ਮੌਜੂਦਗੀ ਦੇ ਵਿੱਚ ਤੁਹਾਡੇ ਨਾਲ ਕਿਹੜੇ ਅਧਿਕਾਰੀ ਮਿਲੇ ਨੇ ਆ ਕੇ ਤਹਿਸੀਲਦਾਰ ਸਾਹਿਬ ਨਾਲ ਗੱਲ ਹੋਈ ਐ ਐਸਡੀਐਮ ਸਾਹਿਬ ਨਾਲ ਹੋਈ ਐ ਪਰ ਅਸੀਂ ਕਿਹਾ ਤੁਹਾਡੇ ਨਾਲ ਤਾਂ ਅਸੀਂ ਕਈ ਵਾਰ ਜਿਹੜੀਆਂ ਮੀਟਿੰਗਾਂ ਕਰ ਚੁੱਕੇ ਪਰ ਸਾਡੀ ਸਮੱਸਿਆ ਦਾ ਕਿਸਾਨਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ ਅਸੀਂ ਮੰਗ ਕਰਦੇ ਆ ਵੀ ਡੀਸੀ ਜਿਹੜੀ ਐ ਜਿਹੜੀ ਦੀ ਮਾਲਕ ਲੋਕਤੰਤਰ ਦੇ ਵਿੱਚ ਹਰ ਇੱਕ ਅਫਸਰ ਨੂੰ ਜਿਹੜਾ ਗੱਲ ਸੁਣਨ ਦਾ ਜਿਹੜਾ ਉਹ ਅਧਿਕਾਰ ਹੈ ਹਰ ਜਵਾਬ ਦੇ ਆ ਸੋ ਡੀਸੀ ਮੈਡਮ ਇੱਕ ਪਬਲਿਕ ਸਰਵੈਂਟ ਦੇ ਤੌਰ ਤੇ ਸਾਡੇ ਨਾਲ ਆ ਕੇ ਤੇ ਕਿੰਨਾ ਜਿਹੜਾ ਏਰੀਆ ਜਿਹੜਾ ਗੜੇਮਾਰੀ ਨਾਲ ਜਿਹੜਾ ਪ੍ਰਭਾਵਿਤ ਹੋਇਆ ਲਗਭਗ ਮੈਂ ਕਹਾਂਗਾ ਲੋਕਾਂ ਦੀ 80-90% ਜਿਹੜੀ ਹੈ ਫਸਲ ਆ ਪੂਰੀ ਤਰ੍ਹਾਂ ਤਬਾਹ ਹੋ ਗਈ ਲੱਖੇ ਕਣਾਈਆਂ ਪਿੰਡ ਹੈ ਸਾਡੇ ਨਾਲ ਜਮਾਲਕਾ ਪਿੰਡ ਹੈ ਭੋਡੀਪੁਰ ਪਿੰਡ ਹੈ ਅਨੇਕਾਂ ਹੀ ਸੈਂਕੜੇ ਜਿਹੜੇ ਪਿੰਡ ਹੈ ਉਹਨਾਂ ਦੀ ਜਿਹੜੀ 90-100% ਜਿਹੜੀ ਫਸਲ ਹੈ ਪੂਰੀ ਤਰ੍ਹਾਂ ਤਬਾਹ ਹੋ ਗਈ ਪਰ ਇੰਨੀ ਜਿਹੜੀ ਮੈਂ ਕਹਾਂਗਾ ਬੜੀ ਦੁੱਖ ਦੀ ਗੱਲ ਹੈ ਪ੍ਰਸ਼ਾਸਨ ਫਿਰ ਵੀ ਸਾਡੀ ਗੱਲ ਜਿਹੜੀ ਸੁਣਨ ਨੂੰ ਤਿਆਰ ਨਹੀਂ ਕੀ ਮੈਸੇਜ ਕੀ ਦੇਣਾ ਚਾਹੋਗੇ ਜਿਹੜੇ ਮੈਂ ਮੈਸੇਜ ਕੀ ਅੱਜ ਤਾਂ ਅਸੀਂ ਬਹੁਤ ਥੋੜ੍ਹੀ ਗਿਣਤੀ 'ਚ ਕਿਸਾਨ ਆਇਆ ਪਿੰਡਾਂ ਦੇ ਵਿੱਚ ਫੋਨ ਕੀਤਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਕਿਸਾਨ ਆ ਕੇ ਅਣਮਿੱਥੇ ਸਮੇਂ ਲਈ ਨਹੀਂ ਜਦੋਂ ਤਾਂ ਜਿੰਨੀ ਦੇਰ ਤੱਕ ਸਾਡੇ ਨਾਲ ਡੀਸੀ ਮੈਡਮ ਮੀਟਿੰਗ ਫਿਕਸ ਨਹੀਂ ਕਰਦੇ ਸਾਡੇ ਮਸਲੇ ਦੇ ਹੱਲ ਨਹੀਂ ਹੁੰਦੇ ਉਨੀ ਦੇਰ ਤੱਕ ਅਸੀਂ ਜਿਹੜਾ ਰੋਡ ਜਾਮ ਕਰਕੇ ਰੱਖਾਂਗੇ ਜਿਹੜਾ ਕਿ ਲਗਭਗ ਤੁਸੀਂ 2 ਵਜੇ ਤੱਕ ਦਾ ਜਿਹੜਾ ਅੰਦਰ ਬੈਠੇ ਰਹੇ ਹੋ ਡੀਸੀ ਦਫ਼ਤਰ ਦੇ ਅੰਦਰ ਅਸੀਂ ਜੀ ਉਹਨਾਂ ਨੂੰ ਦਿੱਤਾ ਸੀਗਾ ਟਾਈਮ 2 ਵਜੇ ਤੱਕ ਅਸੀਂ ਇੰਤਜ਼ਾਰ ਕਰਾਂਗੇ 2 ਵਜੇ ਤੋਂ ਬਾਅਦ ਅਸੀਂ ਰੋਡ ਤੇ ਉਤਰਾਂਗੇ ਪਰ 2 ਵਜੇ ਵੀ ਉਹਨਾਂ ਜਿਹੜਾ ਸਾਡਾ ਕੋਈ ਜਵਾਬ ਨਹੀਂ ਦਿੱਤਾ ਪਰ ਇਸ ਤੋਂ ਬਾਅਦ ਸਾਨੂੰ ਜਿਹੜਾ ਰੋਡ ਜਾਮ ਕਰਨ ਲਈ ਮਜਬੂਰ ਹੋਣਾ ਪਿਆ ਡੀਸੀ ਮੈਡਮ ਦੀ ਗੈਰ ਮੌਜੂਦਗੀ ਦੇ ਵਿੱਚ ਤੁਹਾਡੇ ਨਾਲ ਕਿਹੜੇ ਅਧਿਕਾਰੀ ਮਿਲੇ ਨੇ ਆ ਕੇ ਤਹਿਸੀਲਦਾਰ ਸਾਹਿਬ ਨਾਲ ਗੱਲ ਹੋਈ ਐ ਐਸਡੀਐਮ ਸਾਹਿਬ ਨਾਲ ਹੋਈ ਐ ਪਰ ਅਸੀਂ ਕਿਹਾ ਤੁਹਾਡੇ ਨਾਲ ਤਾਂ ਅਸੀਂ ਕਈ ਵਾਰ ਜਿਹੜੀਆਂ ਮੀਟਿੰਗਾਂ ਕਰ ਚੁੱਕੇ ਪਰ ਸਾਡੀ ਸਮੱਸਿਆ ਦਾ ਕਿਸਾਨਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ ਅਸੀਂ ਮੰਗ ਕਰਦੇ ਆ ਵੀ ਡੀਸੀ ਜਿਹੜੀ ਐ ਜਿਹੜੀ ਦੀ ਮਾਲਕ ਲੋਕਤੰਤਰ ਦੇ ਵਿੱਚ ਹਰ ਇੱਕ ਅਫਸਰ ਨੂੰ ਜਿਹੜਾ ਗੱਲ ਸੁਣਨ ਦਾ ਜਿਹੜਾ ਉਹ ਅਧਿਕਾਰ ਹੈ ਹਰ ਜਵਾਬ ਦੇ ਆ ਸੋ ਡੀਸੀ ਮੈਡਮ ਇੱਕ ਪਬਲਿਕ ਸਰਵੈਂਟ ਦੇ ਤੌਰ ਤੇ ਸਾਡੇ ਨਾਲ ਆ ਕੇ ਤੇ ਕਿੰਨਾ ਜਿਹੜਾ ਏਰੀਆ ਜਿਹੜਾ ਗੜੇਮਾਰੀ ਨਾਲ ਜਿਹੜਾ ਪ੍ਰਭਾਵਿਤ ਹੋਇਆ ਲਗਭਗ ਮੈਂ ਕਹਾਂਗਾ ਲੋਕਾਂ ਦੀ 80-90% ਜਿਹੜੀ ਹੈ ਫਸਲ ਆ ਪੂਰੀ ਤਰ੍ਹਾਂ ਤਬਾਹ ਹੋ ਗਈ ਲੱਖੇ ਕਣਾਈਆਂ ਪਿੰਡ ਹੈ ਸਾਡੇ ਨਾਲ ਜਮਾਲਕਾ ਪਿੰਡ ਹੈ ਭੋਡੀਪੁਰ ਪਿੰਡ ਹੈ ਅਨੇਕਾਂ ਹੀ ਸੈਂਕੜੇ ਜਿਹੜੇ ਪਿੰਡ ਹੈ ਉਹਨਾਂ ਦੀ ਜਿਹੜੀ 90-100% ਜਿਹੜੀ ਫਸਲ ਹੈ ਪੂਰੀ ਤਰ੍ਹਾਂ ਤਬਾਹ ਹੋ ਗਈ ਪਰ ਇੰਨੀ ਜਿਹੜੀ ਮੈਂ ਕਹਾਂਗਾ ਬੜੀ ਦੁੱਖ ਦੀ ਗੱਲ ਹੈ ਪ੍ਰਸ਼ਾਸਨ ਫਿਰ ਵੀ ਸਾਡੀ ਗੱਲ ਜਿਹੜੀ ਸੁਣਨ ਨੂੰ ਤਿਆਰ ਨਹੀਂ ਕੀ ਮੈਸੇਜ ਕੀ ਦੇਣਾ ਚਾਹੋਗੇ ਜਿਹੜੇ ਮੈਂ ਮੈਸੇਜ ਕੀ ਅੱਜ ਤਾਂ ਅਸੀਂ ਬਹੁਤ ਥੋੜ੍ਹੀ ਗਿਣਤੀ 'ਚ ਕਿਸਾਨ ਆਇਆ ਪਿੰਡਾਂ ਦੇ ਵਿੱਚ ਫੋਨ ਕੀਤਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਕਿਸਾਨ ਆ ਕੇ